ਜੀ ਰਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਭ ਦਾ ਮੇਰੇ ਅਫੀਸ਼ੀਅਲ YouTube ਚੈਨਲ ਪੰਜਾਬ ਜੌਬ ਅਪਡੇਟ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਸੇਵਾ ਕੇਂਦਰ ਵਿੱਚ ਆਨਲਾਈਨ ਅਪਾਇੰਟਮੈਂਟ ਬੁੱਕ ਕਿਵੇਂ ਕਰੀਏ ਇਸ ਪੂਰੇ ਪ੍ਰੋਸੈਸ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਭ ਤੋਂ ਪਹਿਲਾਂ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਪੰਜਾਬ ਵਿੱਚ ਨਿਕਲਣ ਵਾਲੀਆਂ ਨਵੀਆਂ ਪੋਸਟਾਂ ਅਤੇ ਸਕੀਮਾਂ ਬਾਰੇ ਪਤਾ ਲੱਗਦਾ ਰਹੇ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਮੋਬਾਈਲ ਤੇ ਹੀ ਸੇਵਾ ਕੇਂਦਰ ਦੇ ਵਿੱਚ ਅਪਾਇੰਟਮੈਂਟ ਬੁਕਿੰਗ ਕਰਨਾ ਸਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ Google ਖੋਲਾਂਗੇ Google ਦੇ ਵਿੱਚ ਟਾਈਪ ਕਰਾਂਗੇ e seva punjab ਟਾਈਪ ਕਰਨ ਤੋਂ ਬਾਅਦ ਤੁਸੀਂ ਦੇਖੋਗੇ ਕਿ ਆਪਣੇ ਸਾਹਮਣੇ ਪੋਰਟਲ ਖੁੱਲ੍ਹ ਜਾਂਦਾ ਹੈ ਤੁਹਾਡੇ ਸਾਹਮਣੇ ਇਹ ਵੈੱਬਸਾਈਟ ਖੁੱਲੇਗੀ ਵੈੱਬਸਾਈਟ ਦੇ ਤੁਸੀਂ ਥੱਲੇ ਚਲੇ ਜਾਣਾ ਹੈ ਥੱਲੇ ਜਾ ਕੇ ਤੁਸੀਂ ਦੇਖੋਗੇ ਸੇਵਾ ਕੇਂਦਰ ਅਪਾਇੰਟਮੈਂਟ ਬੁਕਿੰਗ ਤੁਸੀਂ ਇਸ ਲਿੰਕ ਦੇ ਉੱਪਰ ਕਲਿੱਕ ਕਰਨਾ ਹੈ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਅੱਗੇ ਆਪਣੇ ਲੋਵੇ ਪੇਜ ਖੁੱਲ ਜਾਂਦਾ ਹੈ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਥੇ ਆਪਣਾ ਨਾਮ ਫਿਲ ਕਰਨਾ ਹੈ ਜਿਵੇਂ ਕਿ ਮੈਂ ਤੁਹਾਨੂੰ ਆਪਣਾ ਨਾਮ ਫਿਲ ਕਰਕੇ ਇਹ ਫਾਰਮ ਭਰ ਕੇ ਦਿਖਾਵਾਂਗਾ ਨੈਕਸਟ ਅੱਗੇ ਤੁਹਾਡਾ ਮੋਬਾਈਲ ਨੰਬਰ ਮੰਗਿਆ ਹੈ ਉੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਭਰ ਦੇਣਾ ਹੈ ਮੋਬਾਈਲ ਨੰਬਰ ਤੋਂ ਬਾਅਦ ਤੁਹਾਨੂੰ ਡਿਸਟ੍ਰਿਕਟ ਸਿਲੈਕਟ ਕਰਨ ਦੇ ਲਈ ਕਿਹਾ ਜਾਂਦਾ ਹੈ ਉੱਥੇ ਤੁਸੀਂ ਆਪਣਾ ਡਿਸਟ੍ਰਿਕਟ ਸਿਲੈਕਟ ਕਰਨਾ ਹੈ ਜਿਵੇਂ ਕਿ ਸਾਡਾ ਡਿਸਟ੍ਰਿਕਟ ਸੰਗਰੂਰ ਹੈ ਫਿਰ ਤੁਸੀਂ ਅਪਾਇੰਟਮੈਂਟ ਦੇ ਲਈ ਜੋ ਡੇਟ ਹੈ ਉਹ ਬੁੱਕ ਕਰ ਸਕਦੇ ਹੋ ਜਿਵੇਂ ਕਿ ਮੈਂ ਇੱਥੇ 14 ਤਰੀਕ ਜੋ ਹੈ ਉਹ ਸਿਲੈਕਟ 14 ਮਈ ਜੋ ਹੈ ਉਹ ਸਿਲੈਕਟ ਕਰ ਰਿਹਾ ਹਾਂ ਸਿਲੈਕਟ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਸਿਲੈਕਟ ਸੇਵਾ ਕੇਂਦਰ ਜੋ ਹੈ ਉਹ ਖੁੱਲ੍ਹ ਜਾਂਦਾ ਹੈ ਇੱਥੇ ਤੁਸੀਂ ਜੀ ਸੇਵਾ ਕੇਂਦਰ ਵਿੱਚ ਆਪਣਾ ਕੰਮ ਕਰਵਾਉਣਾ ਚਾਹੁੰਦੇ ਹੋ ਸੇਵਾ ਕੇਂਦਰ ਸਿਲੈਕਟ ਕਰ ਸਕਦੇ ਹੋ ਜਿਵੇਂ ਅਸੀਂ ਰੋਜ਼ਗਾਰਡਨ ਸੁਨਾਮ ਨੂੰ ਸਿਲੈਕਟ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਨਾਮ ਲਿਖ ਕੇ ਆ ਗਿਆ ਹੈ ਰੋਜ਼ਗਾਰਡਨ ਸੁਨਾਮ ਦੋਸਤੋ ਫਿਰ ਤੁਸੀਂ ਆਪਣੀ स्लॉट ਬੁਕਿੰਗ ਕਰਨ ਦੇ ਲਈ ਇੱਥੇ ਲਿੰਕ ਦੇ ਉੱਪਰ ਕਲਿੱਕ ਕਰਨਾ ਹੈ ਸਿਲੈਕਟਡ ਸਲੋਟ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਸੇ ਟਾਈਮ ਪੁੱਛਿਆ ਜਾਏਗਾ ਕਿ ਤੁਸੀਂ ਕਿਹੜੇ ਟਾਈਮ ਦੇ ਲਈ ਬੁਕਿੰਗ ਕਰਨੀ ਹੈ 9 ਤੋਂ 10 10 ਤੋਂ 11 11 ਤੋਂ 12 ਜਿਵੇਂ ਕਿ ਮੈਂ 11 ਤੋਂ 12 ਦਾ ਟਾਈਮ ਹੈ ਉਹ ਸਿਲੈਕਟ ਕਰ ਰਿਹਾ ਹਾਂ ਇਸ ਤੋਂ ਬਾਅਦ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਅਵੇਲੇਬਿਲਿਟੀ ਜੋ ਹੈ ਉਹ 16 ਸੀਟਾਂ ਦੀ ਹੈ ਤੇ ਇੱਥੇ ਇਸ ਟਾਈਮ ਸਿਰਫ ਇੱਕ ਸੀਟ ਹੀ ਬਾਕੀ ਬਚੀ। ਤੁਸੀਂ ਆਪਣੀ ਸਲੋਟ ਬੁਕਿੰਗ ਕਰਾਉਣ ਦੇ ਲਈ ਇੱਥੇ ਬੁੱਕ ਨਾਉ ਤੇ ਕਲਿੱਕ ਕਰੋਗੇ। ਤੁਸੀਂ ਦੇਖ ਸਕਦੇ ਹੋ ਕਿ ਜਦੋਂ ਆਪਾਂ ਨੇ ਇਸ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਆਪਣੇ ਸਾਹਮਣੇ ਸ਼ੋਅ ਕਰਾਇਆ ਕੈਪਚਾ ਇਜ਼ ਰਿਕੁਆਇਰਡ। ਇਸ ਨੂੰ ਓਕੇ ਤੇ ਕਲਿੱਕ ਕਰਕੇ ਇੱਥੇ ਤੁਹਾਡੇ ਸਾਹਮਣੇ ਲਿਖਿਆ ਆਈ ਐਮ ਨਾਟ ਅ ਰੋਬੋਟ। ਤੁਸੀਂ ਇਸ ਦੇ ਉੱਪਰ ਕਲਿੱਕ ਕਰ ਦੇਣਾ ਹੈ। ਕਲਿੱਕ ਕਰਨ ਤੋਂ ਬਾਅਦ ਤੁਸੀਂ ਬੁੱਕ ਨਾਉ ਦੇ ਉੱਪਰ ਦੁਬਾਰਾ ਤੋਂ ਕਲਿੱਕ ਕਰੋ ਤੁਸੀਂ ਦੇਖ ਸਕਦੇ ਹੋ ਕਿ ਇਹ ਆਪਾਂ ਨੂੰ ਪੁੱਛ ਰਿਹਾ ਹੈ ਕਿ ਆਰ ਯੂ ਸ਼ੋਰ ਟੂ ਬੁੱਕ ਸਿਲੈਕਟਡ ਸਲੋਟ ਕਿ ਤੁਸੀਂ ਇਹ ਸਲੋਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਆਪਾਂ ਯੈਸ ਤੇ ਕਲਿੱਕ ਕਰਾਂਗੇ ਦੋਸਤੋ ਬੁੱਕ ਨਾਉ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਲਿਖ ਕੇ ਆ ਜਾਂਦਾ ਹੈ ਸਕਸੈਸ ਲਿਖ ਕੇ ਆ ਜਾਂਦਾ ਹੈ ਅਤੇ ਇੱਥੇ ਇੱਥੇ ਲਿਖਿਆ ਹੋਇਆ ਹੈ ਸਲੋਟ ਲੌਕਡ ਪਲੀਜ਼ ਵੈਰੀਫਾਈ ਓਟੀਪੀ ਟੂ ਕੰਪਲੀਟ ਬੁਕਿੰਗ ਤੁਸੀਂ ਓਕੇ ਤੇ ਕਲਿੱਕ ਕਰ ਦੇਣਾ ਹੈ ਅਤੇ ਇਸ ਤੋਂ ਬਾਅਦ ਤੁਹਾਡੇ ਮੋਬਾਈਲ ਤੇ ਜੋ OTP ਆਏਗਾ ਤੋ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਹੈ ਜਿਵੇਂ ਮੈਨੂੰ OTP ਆਇਆ ਹੈ 9997 ਦੋਸਤੋ OTP ਭਰਨ ਤੋਂ ਬਾਅਦ ਤੁਸੀਂ ਵੈਰੀਫਾਈ OTP ਤੇ ਕਲਿੱਕ ਕਰੋਗੇ तुम देख सकते हो कि अपनी जो बुकिंग है स्लॉट बुकिंग है वो बुक हो गई है इतने सामने जो मैसेज है वो शो कर रहा है इतने लिखा हुआ है यूअर टाइम स्लॉट बुकिंग फॉर स्लॉट बुक सक्सैसफुल हैज़ बीन डन सक्सैसफुल एंड यूअर रैफरेंस नंबर इज नाइन टू सैवन वन टू तुम्हें इस रैफरेंस नंबर जो है वो नोट करके रख लेना है तो तुम इस दिन जो थोड़े अपॉइंटमेंट बुकिंग कराई है उस दिन अपने सेवा केंद्र जाके अपना काम करवा सद ਦੋਸਤੋ ਇਸ ਤਰ੍ਹਾਂ ਤੁਸੀਂ ਆਪਣੀ स्लॉट ਬੁਕਿੰਗ ਜੋ ਹੈ ਉਹ ਬੁੱਕ ਕਰ ਸਕਦੇ ਹੋ ਦੋਸਤੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ